ਸਾਹਮਣੇ ਖੜਾਤਾ ਕੀ ਹੁਣ ਗੱਲ ਤੇਰੇ ਤੇ ਖੜ ਗਈ ਹੈ ਆਹ ਪੈਂਦੀ ਵਾਰ ਤੇ ਮੁੰਡਾ ਮੁੰਡੀਆਂ ਦੀ ਧਰਤੀ ਦਾ ਕਿਹੜੀ ਹੈ ਪੀਰ ਰੱਖੀਏ ਜਿਹੜਾ ਕਿਹੜਾ ਹੈ ਆਹ ਸ਼ਹੀਦਾਂ ਦੇ ਏਰੀਏ ਦਾ ਪੈਂਦੀ ਵਾਰ ਇਹ ਬਰਮੀ ਵਾਲਾ ਕਹਿੰਦੇ ਮਰਨਾ ਪੈ ਗਿਆ ਆਹ ਚਿਹਰਾ ਵਾਲਾ ਕਹਿੰਦੇ ਪ੍ਰਦੀਪ ਬੱਲੇ ਬੱਲੇ ਕਰਾ ਗਿਆ ਖੇਡ ਦੇ ਮੈਦਾਨ ਤੇ ਦੇਖਾਂਗੇ ਫਾਈਨਲ ਮੈਚ ਪੈਂਦੀ ਵਾਰ ਪਹਿਲਾਂ ਸੀ ਹੁਣ ਤੇ ਮਸਲਾ ਬਣ ਗਿਆ ਏ ਰੌਲਾ ਤੇ ਪਹਿਲਾਂ ਸੀ ਹੁਣ ਤੇ ਮਸਲਾ ਬਣ ਗਿਆ ਏ ਆ ਗਿਆ ਕਹਿੰਦੇ ਚਿੜਕਾ ਪਰਿਵਾਰ ਦਾ ਕਮਾਲ ਕਰਦੀ ਹੈ ਨਿੱਕੀ ਉਮਰ ਦਾ ਪੈਂਦੀ ਵਾਲ ਸਾਹਮਣੇ ਏਡਾ ਸ਼ਾਨ ਤੇ ਰੰਗ ਦੇ ਵੇਖਾਂਗੇ ਵੀ ਚਾਰ ਹੁੰਦੇ ਨੇ ਕਦੇ ਖੇਡਦੇ ਆ ਬੜੀ ਟੀਮ ਲਈ ਧਰਤੀ ਦਾ ਕਮਾਲ ਕਰ ਗਿਆ ਕੀ ਫੈਸਲਾ ਜੀ ਚਾਰ ਬੰਦੇ ਕਿੰਨੇ ਵਾਧੇ ਉੱਠ ਗਏ ਖੋਜਾ ਤਕੜਾ ਪਹਿਲਾਂ ਚਾਰ ਬਾਕੀ ਹੈ ਸਾਡਾ ਵੀਰ ਕਹਿੰਦੇ ਬੋਵੀ ਭਰਾ ਸਾਹਿਬ ਦੇ ਵੱਲੋਂ ਕੀਤਾ ਕਹਿੰਦੇ ਪਹਿਲੇ ਓਵਰ ਦੇ ਬਾਲ ਪਾਉਣੇ ਖਿਡਾਰੀ ਤਿਆਰ ਹੈ ਮੇਰੇ ਵੀਰੇ ਨਾ ਸ਼ਾਨਦਾਰ ਬਾਲ ਤੇ ਭੱਜ 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 ਔਰ ਇੱਧਰ ਬੰਦੇ ਕਹਿੰਦੇ ਚਾਰ ਰਨ ਦੇ ਵਾਧੇ ਹੋ ਚੁੱਕੇ ਆ ਖੇਡ ਮੈਦਾਨ ਦੇ ਵਿੱਚ ਪਿੱਛੇ ਖਾਜ ਬੜੇ ਫਰਿੱਜ ਦਿੱਤੀ ਹੈ ਪਰ ਦੇ ਪਾਸੇ ਮੇਰਾ ਮੁੰਡਾ ਕਹਿੰਦੇ ਬਾਲਾਂ ਮਾਰਿਆ ਮੇਰੀ ਤਲਵੰਡੀ ਆਇਆ ਵੀ ਇੱਕ ਬਹੁਤ ਮਾੜੀ ਕਹਿੰਦੇ ਤੇਰੇ ਕੋਲ ਧਰਤੀ ਦਾ ਹੋ ਬੜੇ ਪਾਸੇ ਆਹ ਤੇਰਾਵਾਂ ਵਾਲਾ ਤੇਰਾਵਾਂ ਵਾਲਾ ਦੁਨੀਆ ਪਰ ਦੇਖਾਂਗੇ ਵੀ ਤੁਸੀਂ ਪਾਸੇ ਤਲਵੰਡੀ ਭਾਈ ਨਾਲ ਕਹਿੰਦੇ ਖੇਡ ਗਰਾਊਂਡ ਗੱਬਰ ਦੀ ਸਾਹਿਬ ਬਾਈ ਦੇ ਸਾਹਮਣੇ ਕਹਿੰਦਾ ਬਾਹੂ ਬਣੀ ਇੱਧਰ ਛੋਟਾ ਧੀਮ ਬਾਹੂ ਬਣੀ ਇੱਕੀ ਸੌ ਦੇਣਾ ਇੱਧਰ ਪੈ ਗਈ ਪਾਲ ਮੇਰੇ ਮਿੱਤਰੋ ਗਿਆਰਾਂ ਸੌ ਲਓ ਪੈਂਦੀ ਵਾਰ ਚਾਰ ਵੱਲੋਂ ਵੀ ਰਹਿ ਗਏ ਚਾਰ ਵੱਲੋਂ ਸਰਦਾਰ ਫਰਸਦ ਜੀ ਚਈ ਸਾਹਿਬ ਇੱਥੇ ਪੁੱਜਣ ਦੇ ਬਹੁਤ ਬੜਾ ਧੰਨਵਾਦ ਵਿਸ਼ੇਸ਼ ਤੌਰ ਤੇ ਪੁੱਜੇ ਹੋਏ ਹਾਂਜੀ
ਲਓ ਸਾਹਮਣੇ ਹੁਣ ਕਹਿੰਦੇ ਚੱਕਦਾ ਤੇ ਕਹਿੰਦੇ ਬੈਗ ਨੂੰ ਕਹਿ ਕੇ ਚੱਕ ਲਓ ਜੇ ਕੋਈ ਛੱਕੀ ਰੱਖਦਾ। ਸਰਦਾਰ ਜੀ ਕਈ ਸਾਹਿਬ ਵੱਡੇ ਨੇ ਸੇਵਾ ਤੋਂ ਬਹੁਤ ਵੱਡਾ ਕਹਿੰਦੇ ਧੰਨਵਾਦ ਹੈ।